ਵਾਹਿਗੁਰੂ ਕੋਲੋਂ ਤੁਹਾਡੇ ਸਾਰਿਆਂ ਦਾ ਹੈਡਲਾਈਨਸ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਬੜੀਆਂ ਖਬਰਾਂ ਦੇ ਵਿੱਚ ਅੱਜ ਸਭ ਤੋਂ ਪਹਿਲਾਂ ਇੱਕ ਖਾਸ ਰਿਪੋਰਟ ਅਸੀਂ ਤੁਹਾਡੇ ਪੇਸ਼ ਕਰ ਰਹੇ ਹੈਗੇ ਹਾਂ ਕੈਨੇਡਾ ਇੰਡੀਆ ਰਿਲੇਸ਼ਨਸ਼ਿਪ ਦੇ ਉੱਤੇ। ਯਾਦ ਰਹੇ ਕਿ ਹਾਲ ਹੀ ਦੇ ਵਿੱਚ ਕੈਨੇਡਾ ਦੀ ਜਿਹੜੀ ਨਵੀਂ ਪਾਲਿਸੀ ਆਈ ਹੈਗੀ ਹੈ ਉਹਦੇ ਤਹਿਤ ਕੈਨੇਡਾ ਦੁਆਰਾ ਨਵੀਂ ਇੰਡੋ ਪੈਸਿਫਿਕ ਪਾਲਿਸੀ ਕੈਨੇਡਾ ਦੀ ਫੋਰਨ ਅਫੇਅਰਸ ਮਿਨਿਸਟਰ ਮੈਲਨੀ ਜੋਲੀ ਵੱਲੋਂ ਜਾਰੀ ਕੀਤੀ ਗਈ ਸੀਗੀ। ਮੈਲਨੀ ਜੋਲੀ ਨੇ ਜੋ ਆਪਣੀ ਫੋਰਨ ਪਾਲਿਸੀ ਦੇ ਵਿੱਚ ਨਵੀਂ ਇੰਡੋ ਪੈਸਿਫਿਕ ਪਾਲਿਸੀ ਜਾਰੀ ਕੀਤੀ ਹੈ, ਇਹ ਨਾ ਸਿਰਫ ਕੈਨੇਡਾ ਦੁਆਰਾ ਨਵੀਂ ਇੰਡੋ ਪੈਸਿਫਿਕ ਪਾਲਿਸੀ ਹੈ ਬਲਕਿ ਇਹਦੇ ਤਹਿਤ ਇਹ ਨਵੀਂ ਇੰਡੋ ਪੈਸਿਫਿਕ ਪਾਲਿਸੀ ਗ੍ਰੇਟ ਬ੍ਰਿਟੇਨ, ਆਸਟ੍ਰੇਲੀਆ ਔਰ ਇਸ ਤੋਂ ਇਲਾਵਾ ਅਮਰੀਕਾ ਦੇ ਵਿੱਚ ਵੀ ਨਵੀਂ ਇੰਡੋ ਪੈਸਿਫਿਕ ਪਾਲਿਸੀ ਜਿਹੜੀ ਹੈ ਨਜ਼ਰ ਆ ਰਹੀ ਹੈ। ਜੇ ਅਸੀਂ ਇੱਕ ਮਿੰਟ ਲਈ ਅਮਰੀਕਾ ਵੱਲ ਗੌਰ ਕਰੀਏ ਤੇ ਹਾਲ ਹੀ ਦੇ ਵਿੱਚ ਯੂਐਸ ਪ੍ਰੈਜ਼ੀਡੈਂਟ ਜੋ ਬਾਇਡਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕਾ ਇਨਵਾਈਟ ਕੀਤਾ ਔਰ 22 ਜੂਨ ਨੂੰ ਇਹ ਵਿਜ਼ਿਟ ਹੋਣ ਜਾ ਰਹੀ ਹੈ, ਜਿੱਥੇ ਨਾ ਸਿਰਫ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਐਸ ਪ੍ਰੈਜ਼ੀਡੈਂਟ ਜੋ ਬਾਇਡਨ ਉਹਨਾਂ ਨੂੰ ਇਨਵਾਈਟ ਕਰ ਰਹੇ ਨੇ, ਉੱਥੇ ਕਾਫੀ ਇੰਪੋਰਟੈਂਟ ਮੁੱਦਿਆਂ ਦੇ ਉੱਤੇ ਗੱਲਬਾਤ ਹੋਏਗੀ, ਬਾਇਲੈਟਰਲ ਮੀਟਿੰਗ ਹੋਏਗੀ, ਕਈ ਸਟ੍ਰੈਟੇਜਿਕ ਅਫੇਅਰਸ ਦੇ ਉੱਤੇ ਗੱਲਬਾਤ ਹੋਏਗੀ ਔਰ ਨਾਲ ਹੀ ਸਟੇਟ ਡਿਨਰ ਵੀ ਭਾਰਤ ਦੇ ਪ੍ਰਧਾਨ ਮੰਤਰੀ ਦੇ ਆਨਰ ਦੇ ਵਿੱਚ ਆਰਗਨਾਈਜ਼ ਕਰਨ ਦੀ ਖਬਰ ਮਿਲ ਰਹੀ ਹੈ। ਗੱਲ ਕਰਦੇ ਹਾਂ ਹੁਣ ਕੈਨੇਡਾ ਇੰਡੀਆ ਦੀ। ਕੈਨੇਡਾ ਇੰਡੀਆ ਦੇ ਬਾਰੇ ਇਸ ਕਾਰਨ ਵੀ ਰਿਲੇਸ਼ਨਸ਼ਿਪ ਹੋਰ ਇੰਪੋਰਟੈਂਟ ਹੋ ਗਿਆ ਕਿਉਂਕਿ ਚਾਈਨਾ ਔਰ ਕੈਨੇਡਾ ਦੇ ਰਿਲੇਸ਼ਨਸ਼ਿਪ ਹਾਲ ਹੀ ਦੇ ਵਿੱਚ ਕਾਫੀ ਜ਼ਿਆਦਾ ਖਰਾਬ ਹੋ ਗਏ ਨੇ। ਹਾਲਾਤ ਇਸ ਹੱਦ ਤੱਕ ਖਰਾਬ ਹੋ ਗਏ ਨੇ ਕਿ ਇੱਕ ਦੂਸਰੇ ਦੇ ਜਿਹੜੇ ਕੌਂਸੂਲੇਟ ਆਫਿਸ ਦੇ ਵਿੱਚ ਕਰਮਚਾਰੀ ਨੇ ਉਹਨਾਂ ਨੂੰ ਵੀ ਐਕਸਪੈਲ ਕਰਨ ਦੀ ਜਿਹੜੀ ਨੌਬਤ ਆ ਗਈ ਹੈ। ਯਾਦ ਰਹੇ ਕਿ ਕਾਫੀ ਸਾਰੇ ਐਲੀਗੇਸ਼ਨਸ ਹਾਲ ਹੀ ਦੇ ਵਿੱਚ ਚਾਈਨਾ ਦੇ ਉੱਤੇ ਫੋਰਨ ਇੰਟਰਫੇਰੈਂਸ ਦੇ ਲਗਾਏ ਜਾ ਰਹੇ ਨੇ। ਕੈਨੇਡਾ ਦੀ ਇੰਟੈਲੀਜੈਂਸ ਏਜੰਸੀ ਜਿਹੜੀ ਹੈ ਉਹ ਲਗਾਤਾਰ ਇਸ ਗੱਲ ਦੀ ਰਿਪੋਰਟ ਕਰ ਰਹੀ ਹੈ ਕਿ ਚਾਈਨਾ ਦੀ ਜਿਹੜੀ ਫੋਰਨ ਇੰਟਰਫੇਰੈਂਸ ਹੈਗੀ ਹੈ ਉਹ ਕੈਨੇਡਾ ਦੇ ਵਿੱਚ ਲਗਾਤਾਰ ਵੱਧ ਰਹੀ ਸੀਗੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਤਾਜ਼ਾ ਬਿਆਨ, ਉਹਨਾਂ ਨੇ ਕਿਹਾ ਹੈ ਕਿ ਕੈਨੇਡਾ ਇਸ ਤਰ੍ਹਾਂ ਦੇ ਡਰਾਵਿਆਂ ਤੋਂ ਡਰਨ ਵਾਲਾ ਨਹੀਂ ਹੈ ਔਰ ਕੈਨੇਡਾ ਦੇ ਵਿੱਚ ਫੋਰਨ ਇੰਟਰਫੇਰੈਂਸ ਜਿਹੜੀ ਕਿਸੇ ਵੀ ਤਰ੍ਹਾਂ ਦੀ ਬਰਦਾਸ਼ਤ ਨਹੀਂ ਕੀਤੀ ਜਾਏਗੀ। ਇੰਡੀਆ ਦੇ ਨਾਲ ਵਪਾਰਕ ਰਿਸ਼ਤੇ ਵਧਾਉਣ ਦੀ ਗੱਲਬਾਤ ਬਹੁਤ ਲੰਬੇ ਸਮੇਂ ਤੋਂ ਚੱਲ ਰਹੀ ਹੈ। ਇਸ ਦਰਮਿਆਨ ਇੰਡੀਆ ਦੇ ਜਿਹੜੇ ਇੰਡਸਟਰੀ ਮਿਨਿਸਟਰ ਨੇ ਹਾਲ ਹੀ ਦੇ ਵਿੱਚ ਉਹਨਾਂ ਨੇ ਕੈਨੇਡਾ ਦਾ ਦੌਰਾ ਕੀਤਾ। ਕੈਨੇਡਾ ਔਰ ਇੰਡੀਆ ਦੇ ਇਸ ਰਿਲੇਸ਼ਨਸ਼ਿਪ ਨੂੰ ਹੋਰ ਜ਼ਿਆਦਾ ਸਟਰੈਂਥਨ ਕਰ ਰਿਹਾ ਇੰਡੀਆ ਦੇ ਕਮਰਸ ਔਰ ਇੰਡਸਟਰੀ ਮਿਨਿਸਟਰ ਪਿਊਸ਼ ਗੋਇਲ। ਕੈਨੇਡਾ ਦੇ ਇੰਡਸਟਰੀ ਮਿਨਿਸਟਰ ਮੈਰੀ ਐਨਜੀ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਹੈ। ਦੋਨੋਂ ਬਿਜ਼ਨਸ ਲੀਡਰਸ ਦੇ ਵਿੱਚ ਇਸ ਮੁਲਾਕਾਤ ਦੇ ਵਿੱਚ ਕਈ ਤਰ੍ਹਾਂ ਦੀ ਗੱਲਬਾਤ ਹੋਈ ਹੈਗੀ ਹੈ। EPTA ਦੀ ਗੱਲਬਾਤ ਹੋ ਰਹੀ ਹੈਗੀ ਹੈ। ਇਸ ਤੋਂ ਇਲਾਵਾ ਹੋਰ ਕਿਸ ਤਰੀਕੇ ਦੇ ਨਾਲ ਹਾਈ ਲੈਵਲ ਕਮਿਟਮੈਂਟਸ ਜਿਹੜੀਆਂ ਨੇ, ਚਾਹੇ ਉਹ ਗੁੱਡ ਸਰਵਿਸਿਸ ਦੇ ਵਿੱਚ ਹੈਗੀਆਂ, ਇਨਵੈਸਟਮੈਂਟ ਦੇ ਵਿੱਚ ਹੈਗੀਆਂ ਨੇ, ਹੋਰ ਬਹੁਤ ਸਾਰੀਆਂ ਚੀਜ਼ਾਂ 'ਚ ਕਿਸ ਤਰ੍ਹਾਂ ਰੂਲਸ ਲਾਗੂ ਕਰਨੇ, ਇਹਦੀ ਗੱਲਬਾਤ ਇਸ ਵੇਲੇ ਕੀਤੀ ਜਾ ਰਹੀ ਹੈ। ਅਸੀਂ ਦੱਸ ਦਈਏ ਕਿ ਬਾਇਲੈਟਰਲ ਟ੍ਰੇਡ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਬਿਲੀਅਨਸ ਆਫ ਡਾਲਰ ਦੇ ਵਿੱਚ ਹੋਰ ਜ਼ਿਆਦਾ ਵੱਧ ਸਕਦਾ ਹੈ। ਕੈਨੇਡਾ ਔਰ ਇੰਡੀਆ ਦਾ ਦੋਨਾਂ ਦੀ ਇਹ ਐਸਟੀਮੇਟ ਹੈ। ਇਸ ਸਮੇਂ ਜੇ ਅਸੀਂ ਗੱਲ ਕਰੀਏ ਕਿ ਕਿੰਨੀਆਂ ਕੁ ਕੈਨੇਡੀਅਨ ਕੰਪਨੀਜ਼ ਜਿਹੜੀਆਂ ਉਹ ਇੰਡੀਆ ਦੇ ਵਿੱਚ ਪ੍ਰੈਜੈਂਟ ਨੇ ਔਰ ਕਿੰਨੀਆਂ ਕੁ ਜਿਹੜੀਆਂ ਇੰਡੀਅਨ ਕੰਪਨੀਜ਼ ਨੇ ਉਹ ਕੈਨੇਡਾ ਦੇ ਵਿੱਚ ਪ੍ਰੈਜੈਂਟ ਨੇ, ਸਭ ਤੋਂ ਪਹਿਲਾਂ ਕੈਨੇਡਾ ਦੀਆਂ ਤਕਰੀਬਨ 600 ਕੰਪਨੀਜ਼ ਜਿਹੜੀਆਂ ਉਹ ਇਸ ਵੇਲੇ ਇੰਡੀਆ ਦੇ ਵਿੱਚ ਕੰਮ ਕਰ ਰਹੀਆਂ ਨੇ ਔਰ ਦੋਨਾਂ ਦੇ ਵਿੱਚ ਮੰਨਿਆ ਜਾ ਰਿਹਾ ਹੈਗਾ ਕਿ ਜਿਹੜਾ ਬਾਇਲੈਟਰਲ ਕਮਰਸ਼ੀਅਲ ਰਿਲੇਸ਼ਨਸ਼ਿਪ ਹੈਗੇ ਦੋਨੋਂ ਕੰਟਰੀਜ਼ ਦੇ ਵਿੱਚ ਉਹਦੇ ਵਿੱਚ ਤਕਰੀਬਨ 100 ਬਿਲੀਅਨ ਡਾਲਰ ਦੀ ਕਮਰਸ਼ੀਅਲ ਰਿਲੇਸ਼ਨਸ਼ਿਪ ਦੀ ਅਸੀਂ ਗੱਲ ਕਰ ਰਹੇ ਹਾਂ, ਜਿਹਦੇ ਵਿੱਚ ਕਿ 70 ਬਿਲੀਅਨ ਡਾਲਰ ਕੈਨੇਡੀਅਨ ਪੋਰਟਫੋਲੀਓਜ਼ ਦੀ ਇਨਵੈਸਟਮੈਂਟ ਹੈਗੀ ਹੈ ਇੰਡੀਆ ਦੇ ਵਿੱਚ। ਸੋ ਇਹ ਕੈਨੇਡੀਅਨ ਕੰਪਨੀਜ਼ ਜਾਂ ਆਰਗਨਾਈਜੇਸ਼ਨ ਨੇ ਇੰਡੀਆ ਦੇ ਵਿੱਚ ਤਕਰੀਬਨ 70 ਬਿਲੀਅਨ ਡਾਲਰ ਦੀ ਇਨਵੈਸਟਮੈਂਟ ਕੀਤੀ ਹੋਈ ਹੈ। ਵੈਸੇ ਜੇ ਅਸੀਂ ਗੱਲ ਕਰੀਏ ਕਿ ਜਿਹੜਾ ਬਾਇਲੈਟਰਲ ਗੁੱਡਸ ਦਾ ਟ੍ਰੇਡ ਹੈ ਕੈਨੇਡਾ ਔਰ ਇੰਡੀਆ ਦੇ ਵਿੱਚ, ਉਹ ਤਕਰੀਬਨ 8 ਬਿਲੀਅਨ ਡਾਲਰ ਦਾ ਹੋਇਆ ਹੈਗਾ 2022 ਦੇ ਵਿੱਚ। ਸੋ ਉਹ ਲਗਾਤਾਰ ਉੱਪਰ ਜਾ ਰਿਹਾ ਹੈ। ਸਾਡੇ ਕੈਨੇਡਾ ਦੇ ਇੰਡਸਟਰੀ ਮਿਨਿਸਟਰ ਮੈਰੀ ਐਨਜੀ ਜਿਹੜੇ ਨੇ ਇਸ ਸਾਲ ਇੰਡੀਆ ਅਕਤੂਬਰ ਦੇ ਵਿੱਚ ਇੱਕ ਟ੍ਰੇਡ ਡੈਲੀਗੇਸ਼ਨ ਲੈ ਕੇ ਜਾ ਰਹੇ ਨੇ। ਇਸ ਤੋਂ ਇਲਾਵਾ ਅਸੀਂ ਇਹ ਵੀ ਜ਼ਿਕਰ ਕਰਨਾ ਚਾਹਾਂਗੇ ਕਿ ਹੁਣ ਇੰਡੀਆ ਦੀਆਂ ਕੰਪਨੀਜ਼ ਜਿਹੜੀਆਂ ਉਹ ਕੈਨੇਡਾ ਦੇ ਵਿੱਚ ਕੀ ਰੋਲ ਆ ਉਹਨਾਂ ਦਾ। ਜਿਹੜੀ ਇੰਡੀਆ ਦੇ ਉਹ ਕੰਪਨੀਜ਼ ਜਿਹੜੀਆਂ ਕੈਨੇਡਾ ਦੇ ਵਿੱਚ ਹੈਗੀਆਂ ਨੇ ਉਹਨਾਂ ਨੇ ਤਕਰੀਬਨ 6.5 ਬਿਲੀਅਨ ਡਾਲਰ ਉਹਨਾਂ ਨੇ ਕੈਨੇਡਾ ਦੇ ਵਿੱਚ ਇਨਵੈਸਟ ਕੀਤਾ ਹੈਗਾ। ਇੱਕ ਅੰਦਾਜ਼ੇ ਦੇ ਮੁਤਾਬਿਕ ਇਹਦੇ ਨਾਲ ਤਕਰੀਬਨ 15,000 ਤੋਂ 17,000 ਨੌਕਰੀਆਂ ਜਿਹੜੀਆਂ ਉਹ ਇੰਡੀਅਨ ਕੰਪਨੀਜ਼ ਇੱਥੇ ਕੈਨੇਡਾ ਦੇ ਵਿੱਚ ਕ੍ਰੀਏਟ ਕਰ ਰਹੀਆਂ ਨੇ। ਇਹ ਟੋਟਲ ਜੇ ਅਸੀਂ ਗੱਲ ਕਰੀਏ ਤਕਰੀਬਨ 30 ਕੰਪਨੀਜ਼ ਜਿਹੜੀਆਂ ਉਹ ਇਸ ਵੇਲੇ ਇੰਡੀਅਨ ਕੰਪਨੀਜ਼ ਉਹ ਕੈਨੇਡਾ ਦੇ ਵਿੱਚ ਇਸ ਸਮੇਂ ਓਪਰੇਟ ਕਰ ਰਹੀਆਂ ਨੇ। ਇਸ ਮੁਲਾਕਾਤ ਤੋਂ ਬਾਅਦ ਕੈਨੇਡਾ ਦੇ ਮਿਨਿਸਟਰ ਆਫ ਇੰਟਰਨੈਸ਼ਨਲ ਟ੍ਰੇਡ ਮਿਨਿਸਟਰ ਜਿਨ੍ਹਾਂ ਨੇ ਕਿ ਪਿਊਸ਼ ਗੋਇਲ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਇੰਡੀਆ ਦੇ ਇੰਡਸਟਰੀ ਮਿਨਿਸਟਰ, ਉਹਨਾਂ ਨੇ ਕਿਹਾ ਕਿ ਅਸੀਂ ਇਕੱਠੇ ਮਿਲ ਕੇ ਕੰਮ ਕਰ ਰਹੇ ਹਾਂ ਕਿ ਹੋਰ ਜ਼ਿਆਦਾ ਨੌਕਰੀਆਂ ਕਿਸ ਤਰ੍ਹਾਂ ਕ੍ਰੀਏਟ ਕੀਤੀਆਂ ਜਾਣ ਔਰ ਹੋਰ ਜ਼ਿਆਦਾ ਓਪਰਚੁਨਿਟੀਜ਼ ਆਫ ਗਰੋਥ ਜਿਹੜੀ ਹੈ ਉਹ ਕਿਸ ਤਰੀਕੇ ਦੇ ਨਾਲ ਹੋ ਸਕਦੀ ਹੈ।